ਮੇਰਾ ਨਾਮ ਰਾਣਾ ਜੀ, ਪਿੰਡ ਘਗਵਾਲ ਹੈ। ਇਹ ਭਾਅ ਜੀ ਗੱਡੀ ਰਾਤ ਲਗਭਗ 10 ਵਜੇ ਕਰੀਬ ਡਿੱਗੀ ਹੈ। ਇੱਥੇ ਅਕਸਰ ਇਹ ਹਾਦਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲ ਨਹੀਂ ਹੈ, ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ। ਹਾਂਜੀ ਹਾਂਜੀ, ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ। ਉਹ ਉਹਨਾਂ ਦੀ ਥੋੜ੍ਹੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ, ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਦਸੇ ਆ ਦਿਨ ਪਰ ਦਿਨ ਹੋ ਰਿਹਾ ਇਹਨਾਂ 'ਤੇ ਰੋਕ ਲੱਗੀ ਜਾਏ। ਹਾਂਜੀ ਹਾਂਜੀ, ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਕੱਢੀ ਹੈ ਇੱਥੇ, ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ। ਮੰਗ ਸਾਡੀ ਇਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਇਹੀ ਹੈ ਕਿ ਜਿੰਨੀ ਵੀ ਇਹ ਸੇਫਟੀ ਵਾਲ ਹੈ ਸਭ ਤੋਂ ਪਹਿਲੇ ਇਹ 'ਤੇ ਹੀ ਕੰਮ ਕੀਤਾ ਜਾਏ, ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆ ਜਾਏ ਤਾਂ ਜੋ ਜਿਹੜੇ ਮਾਵਾਂ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਇੱਥੇ ਹਾਦਸੇ ਹੋ ਰਹੇ ਆ ਉਹ ਹਾਦਸਿਆਂ 'ਤੇ ਰੋਕਥਾਮ ਲੱਗੇ। ਗੱਡੀ ਡਿੱਗੀ ਆ, ਡਿਵਾਈਡਰ ਇੱਥੇ ਹੈ ਨਹੀਂ ਪਤਾ ਲੱਗਾ ਉਹਨੂੰ ਗੱਡੀ ਡਿੱਪੇ ਵਿੱਚ। ਜਿਹੜੀ ਗੱਡੀ 'ਚ ਬੰਦੇ ਸੀਗੇ ਉਹ ਬੰਦੇ ਸੀ, ਸਹੀ ਸਲਾਮਤ ਹੈ, ਸੱਟਾਂ ਸੁੱਟਾਂ ਲੱਗੀਆਂ ਉਹਦੇ ਮੁੰਡੇ ਦੇ। ਗੱਡੀ ਡਿੱਗਣ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ? ਗੱਡੀ ਕਾਰਨ ਦਾ ਕਾਰਨ ਇਹ ਹੈ ਨਾ ਡਿਵਾਈਡਰ ਹੈ ਨਹੀਂਗਾ, ਨਾ ਡੂੰਘੀ ਬਹੁਤ ਹੈ। ਅੱਗੇ ਵੀ ਇੱਥੇ ਹਾਂ, ਅੱਗੇ ਵੀ 5-7 ਐਕਸੀਡੈਂਟ ਹੋ ਗਏ ਇੱਦਾਂ ਦੇ ਗੱਡੀਆਂ ਵਾਲੇ। ਗਵਰਨਮੈਂਟ ਨੂੰ ਚਾਹੀਦਾ ਵੀ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ, ਇਹਦੇ ਉੱਪਰ ਉੱਚੀ ਕਰਨੀ ਚਾਹੀਦੀ ਨਹਿਰ, ਲੋਕਾਂ ਨੂੰ ਕਈਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਇੱਥੇ, ਸੁਣਦਾ ਕੋਈ ਇੱਥੇ ਹੈ ਨਹੀਂਗਾ, ਜਿਹਨੂੰ ਕਹੋ ਉਹ ਹੀ 2-4 ਗੱਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ। ਤੁਹਾਡੀ ਮੰਗ ਹੈ ਕਿ ਸਾਡੀ ਮੰਗ ਹੈ ਕਿ ਪੂਰੀ ਨਹਿਰ ਪਰ ਡਿਵਾਈਡਰ ਬਣਨਾ ਚਾਹੀਦਾ ਔਰ ਪੱਕੇ ਐਂਗਲ ਲੱਗਣੇ ਚਾਹੀਦੇ ਆ। ਗੱਡੀ ਘਗਵਾਲ ਪਿੰਡ ਦੀ ਹੈ। ਹਾਂ, ਬੰਦਿਆਂ ਬਚਾਅ ਹੋ ਗਿਆ, ਲੇਕਿਨ ਸਾਡੀ ਵੱਧ ਤੋਂ ਵੱਧ ਡਿਮਾਂਡ ਗਵਰਨਮੈਂਟ ਕੋਲ ਇਹੀ ਹੈ ਕਿ ਇੱਥੇ ਡਿਵਾਈਡਰ ਬਣਨਾ ਚਾਹੀਦਾ। ਸੇਫਟੀ ਕੋਈ ਨਹੀਂ, ਨਹਿਰੀ ਸੇਫਟੀ ਕੋਈ ਨਹੀਂ ਹੈ।